ਅਸੀਂ ਨਾ ਪੰਜਾਬੀ ਸਿਨੇਮੇ ਲਈ ਨੈਸ਼ਨਲ ਐਂਥਮ ਬਣਾਉਣਾ, ਸਾਨੂੰ ਕੁਛ ਲਿਖ ਕੇ ਦਿਓ। ਅਤੇ ਉਹ ਕਹਿੰਦੇ ਯਾਰ ਮੇਰੀ ਸਿਨੇਮੇ ਬਾਰੇ ਬਹੁਤੀ ਸਮਝ ਨਹੀਂ ਹੈ ਪਰ ਮੈਂ ਕਰਦਾ ਕੁਛ। ਅਤੇ ਇੱਕ ਦਿਨ ਛੱਡ ਕੇ ਤੀਜੇ ਦਿਨ ਉਹਨਾਂ ਨੇ ਮੈਨੂੂੰ ਵਟਸਐਪ ਦੇ ਉੱਤੇ ਭੇਜਤੀ, ਅੱਜ ਵੀ ਸਾਡੇ ਕੋਲ ਲਿਖੀ ਪਈ ਹੈ। ਹੁਣ ਅਸੀਂ ਪੂਰੇ ਸਿਨੇਮਾ ਜਗਤ ਵੱਲੋਂ ਪੰਜਾਬੀ ਸਿਨੇਮੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦੇ ਤੌਰ 'ਤੇ ਪੰਜਾਬ ਦੇ ਵੱਡੇ ਸਿੰਗਰਾਂ ਤੋਂ 8-10 ਲੋਕਾਂ ਤੋਂ ਇੱਕ ਨੈਸ਼ਨਲ ਐਂਥਮ ਗਵਾਵਾਂਗੇ ਜਿਹੜਾ ਪਾਤਰ ਸਾਹਿਬ ਨੇ ਲਿਖਿਆ ਜੀ, ਉਹ ਅਸੀਂ ਰਿਕਾਰਡ ਕਰਾ ਕੇ ਉਹਨੂੰ ਪੇਸ਼ ਕਰਾਂਗੇ। ਇੱਕ ਐਸਾ ਇਨਸਾਨ ਸੀਗਾ ਪਾਤਰ ਸਾਹਿਬ ਜਿਹਨੂੰ ਬੁੱਧੀਜੀਵੀ ਲੋਕ ਤਾਂ ਪੜ੍ਹਦੇ ਸੀਗੇ, ਜਿਹਨੂੰ ਦੁਕਾਨਦਾਰ ਲੋਕ ਵੀ ਪੜ੍ਹਦੇ ਸੀਗੇ, ਢਾਬਿਆਂ ਵਾਲੇ ਲੋਕ ਵੀ ਪੜ੍ਹਦੇ ਸੀਗੇ, ਵਿਦਿਆਰਥੀ ਪੜ੍ਹਦੇ ਸੀਗੇ, ਉਹ ਹਰ ਮਤਲਬ ਵਰਗ ਦਾ ਹਰਮਨ ਪਿਆਰਾ ਬੰਦਾ ਸੀਗਾ। ਉਹਨਾਂ ਨੇ ਪੰਜਾਬੀ ਸਾਹਿਤ ਨੂੰ ਦਿੱਤਾ, ਪੰਜਾਬੀ ਮਾਂ ਬੋਲੀ ਨੂੰ ਦਿੱਤਾ, ਪਰ ਹਜੇ ਉਹਨਾਂ ਨੇ ਬਹੁਤ ਕੁਝ ਹੋਰ ਵੀ ਦੇਣਾ ਸੀਗਾ। ਸੋ ਮੈਂ ਸਮਝਦਾ ਕਿ ਪਾਤਰ ਸਾਹਿਬ ਵਰਗੇ ਬੰਦੇ ਰੋਜ਼ ਰੋਜ਼ ਨਹੀਂ ਜੰਮਦੇ ਇਸ ਧਰਤੀ 'ਤੇ। ਉਹ ਸਾਡੀ ਧਰਤੀ ਦਾ ਨੂਰ ਸੀ, ਸਾਡੀ ਧਰਤੀ ਦਾ ਸਾਊ ਪੁੱਤ ਸੀਗਾ। ਕੁਛ ਦਿਨ ਪਹਿਲਾਂ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਸਾਨੂੰ ਸਦੀਵੀ ਵਿਛੋੜਾ ਦੇ ਗਏ, ਅਤੇ ਅੱਜ 20 ਮਈ ਉਹਨਾਂ ਦੀ ਅੰਤਿਮ ਅਰਦਾਸ ਹੈ। ਵੱਖ ਵੱਖ ਸ਼ਖਸੀਅਤਾਂ ਪਹੁੰਚ ਰਹੀਆਂ ਨੇ, ਤਾਂ ਪੰਜਾਬੀ ਸਿਨੇਮੇ ਤੋਂ ਇੱਕ ਵੱਡੀ ਸ਼ਖਸੀਅਤ ਮਲਕੀਤ ਰਾਉਣੀ ਜੀ ਪਹੁੰਚੇ ਨੇ, ਗੱਲਬਾਤ ਕਰਾਂਗੇ। ਰਾਉਣੀ ਜੀ ਪਹਿਲਾਂ ਤਾਂ ਜੀ ਸਵਾਗਤ ਹੈ ਤੇਰਿੰਗ ਸਵੇਰਾ ਟੀ ਵੀ 'ਤੇ। ਬਹੁਤ ਬਹੁਤ ਮਿਹਰਬਾਨੀ ਜੀ। ਰਾਉਣੀ ਸਾਹਿਬ, ਸਭ ਤੋਂ ਪਹਿਲਾਂ ਤਾਂ ਪਾਤਰ ਸਾਹਿਬ ਸਾਨੂੰ ਸਦੀਵੀ ਵਿਛੋੜਾ ਦੇ ਗਏ, ਸਾਡਾ ਪੰਜਾਬੀ ਵਿਰਸੇ ਦਾ ਵਿਹੜਾ, ਪੰਜਾਬੀ ਸੱਭਿਆਚਾਰ ਦਾ ਵਿਹੜਾ ਖਾਲੀ ਹੋ ਗਿਆ ਹੈ। ਸੋ ਕਿੰਨੀ ਕੁ ਨੇੜਤਾ ਸੀਗੀ, ਕਿੰਨੀ ਕੁ ਵਾਰ ਬੈਂਡੇ ਉੱਠਦੇ ਸੀਗੇ? ਦੇਖੋ ਜੀ, ਜੇ ਆਪਾਂ ਨਾ ਸਾਫ ਸਬਜ਼ਾਂ 'ਤੇ ਗੱਲ ਕਰੀਏ, ਜਿਹੜੇ ਬੰਦੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਨੇ ਉਹ ਸਾਰਿਆਂ ਦੀ ਪਾਤਰ ਸਾਹਿਬ ਨਾਲ ਬਹੁਤ ਨੇੜਤਾ ਸੀਗੀ। ਦੂਜੀ ਗੱਲ ਇਹ ਹੈ ਕਿ ਪਾਤਰ ਸਾਹਿਬ ਐਡੇ ਆਪ ਗੁਣੀ ਬੰਦੇ ਸੀਗੇ, ਜਿਹੜਾ ਬੰਦਾ ਵੀ ਉਹਨਾਂ ਨੂੰ ਮਿਲਿਆ, ਉਹਨਾਂ ਦੇ ਕੱਦ ਤੋਂ ਛੋਟਾ ਬੰਦਾ ਮਿਲਿਆ, ਉਹਨਾਂ ਨੂੰ ਮਿਲ ਕੇ ਵੱਡਾ ਹੋ ਗਿਆ। ਪਾਤਰ ਸਾਹਿਬ ਦੀ ਇਹ ਖਾਸੀਅਤ ਹੈ, ਉਹ ਦੂਜੇ ਨੂੰ ਐਡਾ ਮਾਣ ਸਤਿਕਾਰ ਦਿੰਦੇ ਸੀਗੇ, ਦੂਜੇ ਨੂੰ ਇਹ ਮਹਿਸੂਸ ਕਰਾ ਦਿੰਦੇ ਸੀ ਕਿ ਤੁਸੀਂ ਮੈਥੋਂ ਵੱਡੇ ਹੋ, ਤੁਸੀਂ ਮੇਰੇ ਬਰਾਬਰ ਦੇ ਹੋ। ਸੋ ਐਡੀ ਹਲੀਮੀ ਦਾ ਇਨਸਾਨ ਸੀਗਾ ਉਹ। ਬਹੁਤ ਕੁਛ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਦਿੱਤਾ, ਪੰਜਾਬੀ ਮਾਂ ਬੋਲੀ ਨੂੰ ਦਿੱਤਾ, ਪਰ ਹਜੇ ਉਹਨਾਂ ਨੇ ਬਹੁਤ ਕੁਝ ਹੋਰ ਵੀ ਦੇਣਾ ਸੀਗਾ। ਸੋ ਮੈਂ ਸਮਝਦਾ ਕਿ ਪਾਤਰ ਸਾਹਿਬ ਵਰਗੇ ਬੰਦੇ ਰੋਜ਼ ਰੋਜ਼ ਨਹੀਂ ਜੰਮਦੇ ਇਸ ਧਰਤੀ 'ਤੇ। ਉਹ ਸਾਡੀ ਧਰਤੀ ਦਾ ਨੂਰ ਸੀ, ਸਾਡੀ ਧਰਤੀ ਦਾ ਸਾਊ ਪੁੱਤ ਸੀਗਾ, ਜਿਹਦਾ ਵਿਛੋੜਾ ਕਦੇ ਵੀ ਮਤਲਬ ਜਿਹਦਾ ਘਾਟਾ ਸਾਨੂੰ ਕਦੇ ਵੀ ਪੂਰਾ ਨਹੀਂ ਹੋ ਸਕਦਾ। ਸੋ ਇਹੋ ਜਿਹੇ ਬੰਦਿਆਂ ਦਾ ਚਲੇ ਜਾਣਾ ਸੱਚੀ ਮੁੱਚੀ ਪੰਜਾਬੀ ਜਗਤ ਲਈ, ਪੰਜਾਬੀ ਜ਼ੁਬਾਨ ਲਈ, ਪੰਜਾਬੀ ਮਾਂ ਬੋਲੀ ਲਈ ਵੱਡਾ ਘਾਟਾ ਹੈ। ਪਰ ਪਾਤਰ ਸਾਹਿਬ ਹਮੇਸ਼ਾ ਆਪਣੀਆਂ ਲਿਖਤਾਂ ਦੇ ਰਾਹੀਂ ਆਪਣੀ ਆਉਣ ਵਾਲੀਆਂ ਜਨਰੇਸ਼ਨਾਂ ਦੇ ਵਿੱਚ ਜਿਉਂਦੇ ਰਹਿਣਗੇ। ਇੱਕ ਐਸਾ ਇਨਸਾਨ ਸੀਗਾ ਪਾਤਰ ਸਾਹਿਬ ਜਿਹਨੂੰ ਬੁੱਧੀਜੀਵੀ ਲੋਕ ਤਾਂ ਪੜ੍ਹਦੇ ਸੀਗੇ, ਜਿਹਨੂੰ ਦੁਕਾਨਦਾਰ ਲੋਕ ਵੀ ਪੜ੍ਹਦੇ ਸੀਗੇ, ਢਾਬਿਆਂ ਵਾਲੇ ਲੋਕ ਵੀ ਪੜ੍ਹਦੇ ਸੀਗੇ, ਵਿਦਿਆਰਥੀ ਵੀ ਪੜ੍ਹਦੇ ਸੀਗੇ, ਉਹ ਹਰ ਮਤਲਬ ਵਰਗ ਦਾ ਹਰਮਨ ਪਿਆਰਾ ਬੰਦਾ ਸੀਗਾ। ਦੂਜੀ ਗੱਲ ਹੈ, ਪਾਤਰ ਸਾਹਿਬ ਇੱਕ ਐਸੇ ਇਨਸਾਨ ਸੀਗੇ, ਇੰਨੀ ਹਲੀਮੀ ਵਾਲੇ ਇਨਸਾਨ ਸੀਗੇ, ਕਦੇ ਕਿਸੇ ਨਾਲ ਸੁਣਿਆ ਨਹੀਂ ਜ਼ਿੰਦਗੀ 'ਚ ਉਹਨਾਂ ਦਾ ਵੈਦ ਵਿਰੋਧ ਹੋਵੇ, ਕਿਸੇ ਬਾਰੇ ਉਹ ਮਾੜਾ ਬੋਲਦੇ ਹੋਣ, ਕਿਸੇ ਨਾਲ ਲੜਦੇ ਝਗੜਦੇ ਹੋਣ। ਸੋ ਐਸੇ ਇਨਸਾਨ ਦਾ ਚਲੇ ਜਾਣਾ, ਇਹੋ ਜਿਹੇ ਇਨਸਾਨ ਪਹਿਲੇ ਬਹੁਤ ਥੋੜ੍ਹੇ ਨੇ ਸਾਡੇ ਕੋਲ। ਸੋ ਉਹਨਾਂ ਵਿੱਚੋਂ ਇੱਕ ਸਾਡਾ ਹੋਰ ਜਿਹੜਾ ਕਮਾਲ ਦਾ ਮੋਤੀ ਹੈ, ਉਹ ਸਾਡੇ ਕੋਲ ਸਰੀਰਕ ਤੌਰ 'ਤੇ ਚਲਾ ਗਿਆ, ਪਰ ਉਹ ਆਪਣੀਆਂ ਲਿਖਤਾਂ ਦੇ ਵਿੱਚ ਰਹਿੰਦੀ ਦੁਨੀਆਂ ਤੱਕ ਜਿਉਂਦਾ ਰਹੇਗਾ। ਜਦੋਂ ਖਬਰ ਸਾਹਮਣੇ ਆਈ ਕਿ ਪਾਤਰ ਸਾਹਿਬ ਇਸ ਤਰ੍ਹਾਂ ਸਦੀਵੀ ਵਿਛੋੜਾ ਦੇ ਗਏ, ਤਾਂ ਉਦੋਂ ਜਜ਼ਬਾਤ ਕੀ ਸੀਗੇ, ਕੀ ਮਨ ਦੇ ਵਿੱਚ ਆਇਆ ਕਿ ਯਾਰ ਇਹ ਕੀ ਹੋ ਗਿਆ ਹੈ? ਦੇਖੋ, ਇਹ ਗੱਲ ਤਾਂ ਕਦੇ ਅਸੀਂ ਚੇਤਿਆਂ 'ਚ ਸੋਚੀ ਨਹੀਂ ਸੀ ਵੀ ਐਂ ਹੋਊਗਾ। ਉਹਨਾਂ ਦੀ ਡੈਥ ਤੋਂ 3 ਦਿਨ ਪਹਿਲਾਂ ਮੈਂ ਲੁਧਿਆਣੇ 'ਚੋਂ ਲੰਘ ਰਿਹਾ ਸੀ, ਮੈਂ ਫਿਰੋਜ਼ਪੁਰ ਜਾਣਾ ਸੀ ਅੱਗੇ, ਮੇਰਾ 4 ਦਿਨ ਦਾ ਉੱਥੇ ਕੰਮ ਸੀ ਕੋਈ। ਮੈਂ ਜਾਂਦੇ ਜਾਂਦੇ ਉਹਨੂੰ ਪਾਤਰ ਸਾਹਿਬ ਨੂੰ ਅੱਗੇ ਵੀ ਫੋਨ ਕਰ ਲੈਂਦਾ ਸੀ, ਕਈ ਵਾਰ ਉਹਦੇ ਘਰ ਵੀ ਆਏ। ਮੈਂ ਕਿਹਾ ਵੀ ਸਰ ਮੈਂ ਤੁਹਾਡੇ ਸ਼ਹਿਰ ਨੂੰ ਲੰਘ ਰਿਹਾ, ਮੈਨੂੰ ਕਹਿੰਦੇ ਆ ਜਾਓ ਫਿਰ 10 ਮਿੰਟ ਚਾਹ ਪੀ ਕੇ ਫਿਰ ਚਲੇ ਜਾਇਓ ਅੱਗੇ। ਮੈਂ ਕਿਹਾ ਨਹੀਂ, ਥੋੜ੍ਹੀ ਜਿਹੀ ਕਾਹਲੀ ਹੈ, ਜਿਵੇਂ ਕਾਹਲੀ ਹੈ ਜੀ, ਫਿਰ ਮੁੜਦਾ ਹੋਇਆ ਤੁਹਾਨੂੰ ਤੁਹਾਡੇ ਕੋਲ ਹੋ ਕੇ ਜਾਂਦਾ।
ਪਰ ਮੁੜਨਾ ਕੀ ਨਹੀਂ ਸੀ, ਤੀਜੇ ਦਿਨ ਤਾਂ ਖਬਰ ਆ ਗਈ ਮੈਂ ਉੱਥੇ ਸੀ, ਮੈਂ ਚੌਥੇ ਦਿਨ ਮੋਨਾ ਸੀ। ਉਸ ਚੀਜ਼ ਦਾ ਦੁੱਖ ਰਿਹਾ ਕਿ ਯਾਰ ਮੈਂ ਉਸ ਦਿਨ ਮਿਲ ਲੈਂਦਾ, ਹਮੇਸ਼ਾ ਲਈ ਯਾਦ ਰਹੂਗੀ ਵੀ ਉਹਨਾਂ ਨੇ ਮੈਨੂੰ ਆਪ ਕਿਹਾ ਵੀ ਆ ਜਾ ਯਾਰ ਚਾਹ ਪੀ ਕੇ ਚਲੇ ਜਾਈ, ਅਤੇ ਉਹ ਆ ਹੀ ਨਹੀਂ ਸਕੇ, ਮਿਲ ਨਹੀਂ ਸਕੇ। ਵੈਸੇ ਹੀ ਘੋਲ ਕਰ ਗਏ, ਮਤਲਬ ਐਡੀ ਜੀ ਕੋਈ ਗੱਲ ਨਹੀਂ ਸੀ, 10 ਮਿੰਟ ਰੁਕ ਕੇ ਚੱਲੇ ਜਾਂਦੇ ਕੀ ਫਰਕ ਪੈਂਦਾ ਸੀਗਾ। ਸੋ ਇਸ ਕਰਕੇ ਅੱਜ ਇਹ ਫੀਲ ਹੁੰਦਾ ਵੀ ਸਾਨੂੰ ਲੋਕਾਂ ਨੂੰ ਬਿਨਾਂ ਕੰਮਾਂ ਤੋਂ ਵੀ ਮਿਲਦੇ ਰਹਿਣਾ ਚਾਹੀਦਾ। ਅਸੀਂ ਅਕਸਰ ਇਨਸਾਨ ਇੱਕ ਦੂਜੇ ਨੂੰ ਜਦੋਂ ਮਤਲਬ ਹੁੰਦਾ ਉਦੋਂ ਮਿਲਦੇ ਨਹੀਂ ਮਿਲਦੇ ਨਹੀਂ, ਸੋ ਮਿਲਦੇ ਰਹਿਣਾ ਚਾਹੀਦਾ, ਕੀ ਪਤਾ ਕਿਹਨੇ ਕਦੋਂ ਚਲੇ ਜਾਣਾ ਇੱਥੋਂ। ਕੋਈ ਅਜਿਹੀ ਯਾਦ ਜਦੋਂ ਉੱਠਦੇ ਬਹਿੰਦੇ ਸੀਗੇ, ਕਿਉਂਕਿ ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਸਮੁੰਦਰ ਸੀਗੇ ਉਹ ਤਾਂ। ਸਭ ਤੋਂ ਕਮਾਲ ਦੀ ਯਾਦ ਇਹ ਹੈ ਜੀ ਕਿ ਮੈਂ ਬਲਵਿੰਦਰ ਸਿੰਘ ਲੱਖੇਵਾਲੀ ਉਹਨਾਂ ਦੇ ਨਾਲ ਉਹਨਾਂ ਦੇ ਘਰ ਮਿਲਿਆ, ਅਤੇ ਮੈਂ ਬੇਨਤੀ ਕੀਤੀ ਕਿ ਸਾਡੀ ਇੱਕ ਐਸੋਸੀਏਸ਼ਨ ਹੈ ਪੰਜਾਬੀ ਸਿਨੇਮੇ ਦੀ, ਪੰਜਾਬੀ ਫਿਲਮ ਐਂਡ ਟੀ ਵੀ ਐਕਟਰ ਐਸੋਸੀਏਸ਼ਨ, ਅਸੀਂ ਨਾ ਪੰਜਾਬੀ ਸਿਨੇਮੇ ਲਈ ਨੈਸ਼ਨਲ ਐਂਥਮ ਬਣਾਉਣਾ, ਸਾਨੂੰ ਕੁਝ ਲਿਖ ਕੇ ਦਿਓ। ਅਤੇ ਉਹ ਕਹਿੰਦੇ ਯਾਰ ਮੇਰੀ ਸਿਨੇਮੇ ਬਾਰੇ ਬਹੁਤੀ ਸਮਝ ਨਹੀਂ ਹੈ ਪਰ ਮੈਂ ਕਰਦਾ ਕੁਛ। ਅਤੇ ਇੱਕ ਦਿਨ ਛੱਡ ਕੇ ਤੀਜੇ ਦਿਨ ਉਹਨਾਂ ਨੇ ਮੈਨੂੰ ਵਟਸਐਪ ਦੇ ਉੱਤੇ ਭੇਜਤੀ, ਅੱਜ ਵੀ ਸਾਡੇ ਕੋਲ ਲਿਖੀ ਪਈ ਹੈ। ਹੁਣ ਅਸੀਂ ਪੂਰੇ ਸਿਨੇਮਾ ਜਗਤ ਵੱਲੋਂ ਪੰਜਾਬੀ ਸਿਨੇਮੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦੇ ਤੌਰ 'ਤੇ ਪੰਜਾਬ ਦੇ ਵੱਡੇ ਸਿੰਗਰਾਂ ਤੋਂ 8-10 ਲੋਕਾਂ ਤੋਂ ਇੱਕ ਨੈਸ਼ਨਲ ਐਂਥਮ ਗਵਾਵਾਂਗੇ, ਜਿਹੜਾ ਪਾਤਰ ਸਾਹਿਬ ਨੇ ਲਿਖਿਆ ਜੀ, ਉਹ ਅਸੀਂ ਰਿਕਾਰਡ ਕਰਾ ਕੇ ਉਹਨੂੰ ਪੇਸ਼ ਕਰਾਂਗੇ। ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡੀ ਮਿਸਾਲ ਹੋ ਜਾਏਗੀ, ਇੱਕ ਸ਼ਰਧਾਂਜਲੀ ਹੋ ਜਾਏਗੀ। ਬਿਲਕੁਲ ਬਿਲਕੁਲ, ਪੰਜਾਬੀ ਸਿਨੇਮੇ ਬਾਰੇ ਅਕਸਰ ਅਸੀਂ ਗੱਲ ਕਰਦੇ ਸੀ, ਉਹ ਕਹਿੰਦੇ ਵੀ ਸਾਹਿਤ ਦੇ ਵਿੱਚ ਇੰਨਾ ਕੁਝ ਲਿਖਿਆ ਪਿਆ, ਸੋ ਚੰਗੀਆਂ ਚੀਜ਼ਾਂ ਚੰਗੀਆਂ ਲਿਖਤਾਂ 'ਤੇ ਫਿਲਮਾਂ ਬਣਨੀਆਂ ਚਾਹੀਦੀਆਂ, ਚੰਗੇ ਨਾਵਲਾਂ 'ਤੇ ਚੰਗੀਆਂ ਕਹਾਣੀਆਂ 'ਤੇ। ਸੋ ਬਹੁਤ ਸਾਰੀਆਂ ਗੱਲਾਂ ਸਿਨੇਮੇ ਬਾਰੇ ਕਰਦੇ ਸੀ ਜਿਹੜੀਆਂ ਅਸੀਂ ਹਮੇਸ਼ਾ ਆਪਣੇ ਦਿਲ 'ਚ ਸਾਂਭ ਕੇ ਰੱਖਾਂਗੇ। ਸ਼ੁਕਰੀਆ ਗੱਲਬਾਤ ਕਰਨ ਲਈ। ਤਾਂ ਇਹ ਸੀਗੇ ਸਾਡੇ ਨਾਲ ਮਲਕੀਤ ਰੌਣੀ ਜੀ, ਪੰਜਾਬੀ ਸਿਨੇਮੇ ਦਾ ਇੱਕ ਬਹੁਤ ਵੱਡਾ ਨਾਮ, ਅਤੇ ਅੱਜ ਅੰਤਿਮ ਅਰਦਾਸ ਹੈ ਸੁਰਜੀਤ ਪਾਤਰ ਹੋਰਾਂ ਦੀ, ਸੋ ਉਹਨਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਨੇ। ਹੋਰ ਵੀ ਵੱਡੀਆਂ ਸ਼ਖਸੀਅਤਾਂ ਇੱਥੇ ਪਹੁੰਚਣਗੀਆਂ, ਉਹਨਾਂ ਨਾਲ ਵੀ ਮੁਲਾਕਾਤ ਕਰਵਾਵਾਂਗੇ। ਕੈਮਰਾਮੈਨ ਕੁਲਦੀਪ ਦੇ ਨਾਲ ਦਵਿੰਦਰ ਮੰਡ, ਦੈਨਿਕ ਸਵੇਰਾ ਟੀਵੀ, ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।